दिवाली का त्यौहार आ रहा है तो हूँ लोग अपने परिवारक मैंबरों से दोस्तों नूं मिठाइयां गिफ्ट करेंगे, पर बहुत सारे अजिहे दुकानदार होंगे ने जो दिवाली मौके ज़्यादा मुनाफा कमाने लिए मिलावटी खाण पीन दीआं वस्तुआं वेचना शुरू कर देंगे ने, जिस नाल साडी सेहत नूं बहुत नुकसान हुंदा है। इसके मद्देनजर फूड सेफ्टी अफसरों वालों बीते दिन फिरोजपुर विखे हलवाइया दीआं दुकानां ते चैकिंग की गई, नाल ही टीम वालों सैंपल सील करके गलेरी जांच शुरू कर दी गई है ताजो किसी तरीके नाल भी लोगों की सेहत नाल कोई खिलवाड़ ना किया जा सके। इस मौके फूड सेफ्टी अफसर ने दसाया कि उन्होंने वालों लगातार हलवाई दीआं दुकानां ते चैकिंग की जा रही है। इस दौरान फिरोजपुर विखे मोहन हलवाई की दुकान से चैकिंग करन पहुंचे, जिथे उन्होंने सब तो मशहूर मिठाई का सैंपल लिया गया ते जांच शुरू कर दी गई है। ਅੱਜ ਦਿਵਾਲੀ ਨੂੰ ਲੈ ਕੇ ਸੈਂਪਲ ਭਰਨ ਵਾਸਤੇ ਆਏ ਜੇ ਤੁਹਾਡੇ ਫੂਡ ਸਪਲਾਈ ਵਾਲੇ ਸੈਂਪਲ ਵੀ ਦਿੱਤਾ ਅਤੇ ਕਾਹਦਾ ਕਾਹਦਾ ਸੈਂਪਲ ਦਿੱਤਾ ਜੀ ਅਤੇ ਤੁਹਾਡੇ ਕੋਲ ਸੈਲ ਵਗੈਰਾ ਕਰਾ ਲਏ ਇਹਨਾਂ ਨੇ ਕੀ ਕਹਿੰਦੇ ਫਿਰ ਤੁਹਾਨੂੰ ਦਿਵਾਲੀ ਦਾ ਸੀਜ਼ਨ ਆ ਗਿਆ ਅਲੱਗ ਅਲੱਗ ਲਵਾਈਆਂ ਦੁਕਾਨਾਂ 'ਤੇ ਛਾਪੇਮਾਰੀ ਤੁਹਾਡੇ ਜਾ ਰਹੀ ਕੀ ਕਰ ਰਹੇ ਤੁਸੀਂ ਸੈਂਪਲ ਕਿਹੜੇ ਭਰ ਰਹੇ ਸਾਨੂੰ ਹੈੱਡ ਕੁਆਰਟਰ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਇਨੀਸ਼ੀਅਲ ਲਗਾਤਾਰ ਚੈਕਿੰਗ ਚੱਲ ਰਹੀ ਹੈ ਹਲਵਾਈਆਂ ਦੀ ਜਿਹੜੇ ਪਿੱਛੋਂ ਰੋ ਮਟੀਰੀਅਲਸ ਵਗੈਰਾ ਕਰਿਆਨੇ ਇਹਨਾਂ ਸਾਰਿਆਂ ਦੀ ਚੈਕਿੰਗ ਚੱਲ ਰਹੀ ਹੈ ਅਤੇ ਅੱਜ ਅਸੀਂ ਇਹ ਪਿੰਡਾਂ ਜਾ ਕੇ ਚੌਥਾ ਸੈਂਪਲ ਲੈ ਰਹੇ ਵੱਖ ਵੱਖ ਹਲਵਾਈਆਂ ਤੋਂ ਜਿਵੇਂ ਨਾਮੀ ਹਲਵਾਈ ਹੈ ਫਿਰੋਜ਼ਪੁਰ ਸ਼ਹਿਰ ਦੇ ਜਿਹੜੇ ਮੇਨ ਮੇਨ ਹੈ ਸਾਰਿਆਂ ਦੀ ਸੈਂਪਲ ਹੋਈ ਨਿਵੇਦਨ ਵੀ ਪਹਿਲਾ ਸੈਂਪਲ ਹੋ ਚੁੱਕੀ ਅੱਜ ਭਗਤ ਜੀ ਦੀ ਦੁਕਾਨ ਤੋਂ ਸੈਂਪਲ ਹੋਇਆ ਹੈ ਹਰੀ ਸਵੀਟਸ ਜੀਆ ਹਲਵਾਈ ਅਤੇ ਹੁਣ ਜਿਹੜੀ ਸਭ ਤੋਂ ਮਸ਼ਹੂਰ ਦੁਕਾਨ ਹੈ ਆਪਣੇ ਮੋਹਨ ਹਲਵਾਈ ਇੱਕ ਭਾਅ ਜੀ ਜੀ ਹਲਵਾਈ ਦੇ ਸੈਂਪਲ ਭਰ ਕੇ ਆਏ ਜੇ ਉਸ ਤੋਂ ਬਾਅਦ ਤੁਸੀਂ ਇੱਥੇ ਆਏ ਆ ਅਰੀਸਵਾ ਚੌਂਕ 'ਚ ਇਹਨਾਂ ਦਾ ਵੀ ਸੈਂਪਲ ਭਰਿਆ ਕੁਛ ਮਿਲ ਕੇ ਇੱਕ ਤਾਂ ਸੈਂਪਲ ਲੈ ਰਹੇ ਜੀ ਉਹਨਾਂ ਦਾ ਪਾਲਾ ਤੋੜ ਦਾ ਸਭ ਤੋਂ ਫੇਮਸ ਸੀ ਉਹਦਾ ਸੈਂਪਲ ਲਿਆ ਜਾਏ ਕੀ ਨਾਮ ਤੁਹਾਡਾ ਜੀ ਅਨਿਲ ਕੁਮਾਰ ਫੂਡ ਸੇਫਟੀ ਅਫਸਰ ਕਰੋ